ਅੱਜ ਦਾ ਵਿਸ਼ਾ ਹੈ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਭਾਰਤ ਦੇ ਇਤਿਹਾਸ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਇਆ। ਪਹਿਲਾਂ ਤਾਂ ਪਹਿਲੀ ਜਾਣ ਪਛਾਣ ਲਿਖ ਲਈਏ, ਇੰਟਰੋਡਕਸ਼ਨ। ਭੂਗੋਲ ਦਾ ਇਤਿਹਾਸ ਦੇ ਨਾਲ ਗੂੜਾ ਤੇ ਅਟੁੱਟ ਸੰਬੰਧ ਹੈ। ਭੂਗੋਲ ਹਰੇਕ ਦੇਸ਼ ਦੇ ਇਤਿਹਾਸ ਦਾ ਸਥਾਈ ਆਧਾਰ ਹੁੰਦਾ ਹੈ। ਇਹ ਕਹਿਣਾ ਗਲਤ ਨਹੀਂ ਹੈ ਕਿ ਇਹ ਰਾਸ਼ਟਰ ਦੇ ਇਤਿਹਾਸਿਕ ਵਿਕਾਸ ਦੇ ਅਹਿਮ ਕਾਰਕਾਂ ਵਿੱਚੋਂ ਇੱਕ ਹੈ। ਪੁਰਾਤਨ ਕਾਲ ਵਿੱਚ ਤਾਂ ਮਨੁੱਖ ਦਾ ਇਤਿਹਾਸ ਬਹੁਤ ਹੱਦ ਤੱਕ ਭੂਗੋਲਿਕ ਅਵਸਥਾਵਾਂ ਉੱਤੇ ਨਿਰਭਰ ਸੀ। ਮਤਲਬ ਕਿ ਜਿਹੜਾ ਮਨੁੱਖ ਆ ਉਸਦਾ ਜਿੰਨਾ ਵੀ ਇਤਿਹਾਸ ਆ ਭੂਗੋਲਿਕ ਵਿਸ਼ੇਸ਼ਤਾਵਾਂ ਉੱਤੇ ਨਿਰਭਰ ਕਰਦਾ ਸੀ ਵੀ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿ ਰਿਹਾ। ਇਸ ਦਾ ਮੁੱਖ ਕਾਰਨ ਇਹ ਸੀ ਕਿ ਮਨੁੱਖਾਂ ਵਿੱਚ ਕੁਦਰਤ ਦੇ ਤੱਤਾਂ ਅਤੇ ਸ਼ਕਤੀਆਂ ਨੂੰ ਆਪਣੇ ਅਧੀਨ ਕਰਨ ਦੀ ਮਾਨਸਿਕ ਸ਼ਕਤੀ ਦੀ ਘਾਟ ਸੀ। ਭਾਵ ਜੇ ਵਰਖਾ ਹੁੰਦੀ ਆ ਉਹਨਾਂ ਕੋਲ ਚੰਗਾ ਘਰ ਨਹੀਂ ਸੀ, ਜੇ ਬਿਜਲੀ ਕੜਕਦੀ ਬਿਜਲੀ ਤੋਂ ਬਚਣ ਦਾ ਕੋਈ ਸਾਧਨ ਨਹੀਂ ਸੀ, ਹੋਰ ਕਿੰਨੇ ਕੁਦਰਤੀ ਜਿਹੜੀਆਂ ਆਫ਼ਤਾਂ, ਹੜ੍ਹ ਆ ਗਈ ਜਾਂ ਅੱਗ ਲੱਗ ਗਈ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਫ਼ਤਾਂ ਤੋਂ ਉਹਦੇ ਕੋਲ ਬਚਣ ਦੇ ਲਈ ਕੋਈ ਢੰਗ ਤਰੀਕਾ ਨਹੀਂ ਸੀ। ਉਹਨਾਂ ਲਈ ਵਿਸ਼ਾਲ ਸਮੁੰਦਰਾਂ ਅਤੇ ਉੱਚੇ ਪਹਾੜਾਂ ਨੂੰ ਪਾਰ ਕਰਨਾ ਅਸੰਭਵ ਸੀ। ਸਰਦੀਆਂ ਜਾਂ ਗਰਮੀਆਂ ਦੇ ਮੌਸਮ ਤੋਂ ਬਚਣ ਲਈ ਵੀ ਉਹਨਾਂ ਦੇ ਕੋਲੇ ਉਚਿਤ ਸਾਧਨਾਂ ਦੀ ਘਾਟ ਸੀ ਜਾਂ ਉਹਨਾਂ ਦਾ ਗਿਆਨ ਨਹੀਂ ਸੀ। ਇਸ ਲਈ ਉਹ ਉੱਥੇ ਹੀ ਰਹਿਣ ਲੱਗੇ ਜਿੱਥੇ ਉਹਨਾਂ ਲਈ ਤੇ ਪਸ਼ੂਆਂ ਲਈ ਜਲਵਾਯੂ ਅਨੁਕੂਲ ਸਨ। ਜਿੱਥੇ ਵੀ ਮੌਸਮ ਦੇ ਹਿਸਾਬ ਨਾਲ ਉਹ ਉਸੇ ਤਰ੍ਹਾਂ ਢਲ ਗਏ। ਜਲਵਾਯੂ ਧਰਤੀ, ਜਲਵਾਯੂ, ਪਹਾੜਾਂ, ਜੰਗਲਾਂ, ਨਦੀਆਂ, ਇਹ ਸਾਰੇ ਦੇ ਸਾਰੇ ਜਿਹੜੇ ਕਾਰਕ ਨੇ ਇਤਿਹਾਸ ਦੇ ਨਿਰਮਾਣ ਦੇ ਵਿੱਚ ਆਪਣਾ ਵਿਸ਼ੇਸ਼ ਜਿਹੜਾ ਯੋਗਦਾਨ ਪਾਉਂਦੇ ਨੇ। ਹੁਣ ਭੂਗੋਲਿਕ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਦਾ ਅਸਰ ਕਿਸ ਕਿਸ ਖੇਤਰ ਉੱਤੇ ਪਿਆ? ਰਾਜਨੀਤਿਕ ਖੇਤਰ, ਸਮਾਜਿਕ ਖੇਤਰ, ਆਰਥਿਕ ਖੇਤਰ, ਧਾਰਮਿਕ ਖੇਤਰ, ਸੰਸਕ੍ਰਿਤਿਕ ਖੇਤਰ। ਇਸ ਲੈਕਚਰ ਦੇ ਵਿੱਚ ਆਪਾਂ ਇੱਕੋ ਇੱਕ ਰਾਜਨੀਤਿਕ ਖੇਤਰ ਉੱਤੇ ਜਿਹੜੇ ਪ੍ਰਭਾਵ ਪਏ ਉਹ ਹੁਣ ਡਿਸਕਸ ਕਰਾਂਗੇ। ਇਹ ਭਾਰਤ ਦਾ ਨਕਸ਼ਾ ਹੈ। ਉੱਤਰ ਦੇ ਵਿੱਚ ਜਿੱਥੇ ਆਹ ਵਾਲਾ ਹਿੱਸਾ ਹੈ ਇੱਥੇ ਕੰਧ ਮਾਨ ਜਿਹੜਾ ਹਿਮਾਲਿਆ ਪਰਬਤ ਖੜਾ ਹੈ। ਇਸ ਤੋਂ ਥੱਲੇ ਆ ਜੋ ਉੱਤਰੀ ਮੈਦਾਨ ਨੇ, ਇੱਥੋਂ ਲੈ ਕੇ ਇਹ ਵਾਲੇ ਇਲਾਕੇ ਤੋਂ ਲੈ ਕੇ ਸਾਰੇ ਦੇ ਸਾਰੇ ਇੱਥੇ ਤੱਕ ਉੱਤਰੀ ਮੈਦਾਨ ਨੇ, ਤੇ ਉੱਤਰੀ ਮੈਦਾਨ ਕਿੱਥੇ ਤੱਕ ਨੇ? ਇੱਥੇ ਤੱਕ ਡੈਕਨ ਪਲੈਟੂ, ਜਿੱਥੇ ਦੱਖਣੀ ਪਠਾਰ ਹੈ, ਇਹ ਹੈਗੇ ਦੱਖਣ ਦੇ ਪਠਾਰ। ਫਿਰ ਆ ਗਏ ਆਹ ਸਮੁੰਦਰ ਦੇ ਨਾਲ ਨਾਲ ਲੱਗਦਾ ਜਿਹੜਾ ਏਰੀਆ ਹੈਗਾ, ਇਹਨੂੰ ਪੱਛਮੀ ਘਾਟ ਤੇ ਪੂਰਬੀ ਘਾਟ ਦੇ ਨਾਮ ਨਾਲ ਜਾਣਦੇ ਹਾਂ। ਤਾਂ ਇੱਥੋਂ ਦੀਆਂ ਜਿਹੜੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਰਾਜਨੀਤਿਕ ਖੇਤਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ? ਰਾਜਨੀਤਿਕ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੁਆਇੰਟ ਲੈਂਦੇ ਹਾਂ ਭਾਰਤ ਦੀ ਮੌਲਿਕ ਏਕਤਾ। ਹੁਣ ਭੂਗੋਲਿਕ ਦ੍ਰਿਸ਼ਟੀ ਤੋਂ ਭਾਰਤ ਇੱਕ ਦੇਸ਼ ਹੈ। ਇਸ ਦੇ ਉੱਤਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ, ਉੱਤਰ ਦੇ ਵਿੱਚ ਤੇ ਉੱਤਰ ਪੱਛਮ ਤੇ ਉੱਤਰ ਪੂਰਬ ਵਿੱਚ ਹਿਮਾਲਿਆ ਪਰਬਤ ਹੈ, ਬਹੁਤ ਲੰਬਾ ਏਰੀਆ। ਫਿਰ ਉਸ ਤੋਂ ਬਾਅਦ ਬੰਗਾਲ ਦੀ ਖਾੜੀ ਆ ਗਈ, ਮਤਲਬ ਕਿ ਸਮੁੰਦਰ ਪੂਰਬ ਵਾਲੀ ਸਾਈਡ ਹੈ ਬੰਗਾਲ ਦੀ ਖਾੜੀ। ਪੱਛਮ ਦੱਖਣ ਦੇ ਵਿੱਚ ਅਰਬ ਸਾਗਰ ਆ, ਦੱਖਣ ਦੇ ਵਿੱਚ ਹਿੰਦ ਮਹਾਸਾਗਰ ਆ। ਇਹ ਜਿਹੜੇ ਪਹਾੜ ਨੇ ਜਾਂ ਸਮੁੰਦਰ ਨੇ, ਇਹਨਾਂ ਦੇ ਵਿਚਕਾਰ ਜਿਹੜਾ ਇੱਕ ਭਾਰਤ ਦੇਸ਼ ਇੱਕ ਸੈਂਟਰ ਦੇ ਵਿੱਚ ਆ ਜਾਂਦਾ, ਸਮੁੰਦਰਾਂ ਦੇ ਵਿੱਚ ਜਾਂ ਹਿਮਾਲਿਆ ਪਰਬਤ ਤੋਂ ਥੱਲੇ, ਜਿਹਦੀ ਇੱਕ ਅਲੱਗ ਵੱਖਰੀ ਜਿਹੀ ਦੁਨੀਆ ਹੈ, ਜਿਹਦੀ ਇੱਕ ਛੋਟੀ ਜਿਹੀ ਦੁਨੀਆ। ਇਹਦੇ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਨੇ। ਭਿੰਨਤਾਵਾਂ ਕਿਹਦੇ ਕਰਕੇ ਨੇ? ਭੂਗੋਲਿਕ ਤੱਤਾਂ ਦੇ ਕਰਕੇ, ਭੂਗੋਲਿਕ ਤੱਤਾਂ ਨੇ ਇਸ ਦੀ ਜਿਹੜੀ ਹੈ ਮਤਲਬ ਕਿ ਏਕਤਾ ਨੂੰ ਜਿਹੜਾ ਹੈਗਾ, ਏਕਤਾ ਨੂੰ ਬਣਾ ਕੇ ਰੱਖਣ ਦੇ ਵਿੱਚ ਜਿਹੜਾ ਹੈਗਾ ਇੱਕ ਇਕੱਠਾ, ਮਤਲਬ ਕਿ ਇੱਕ ਅੜਚਣ ਪੈਦਾ ਕਰਦੀਆਂ ਨੇ ਭੂਗੋਲਿਕ ਵਿਸ਼ੇਸ਼ਤਾਵਾਂ। ਇਹਦੇ ਵਿੱਚ ਫਿਰ ਵੀ ਅਸੀਂ ਭਿੰਨਤਾਵਾਂ ਹੁੰਦੇ ਹੋਏ ਵੀ ਜਿਹੜਾ ਹੈਗਾ ਰਾਜਨੀਤਿਕ ਤੇ ਸੰਸਕ੍ਰਿਤ ਜਿਹੜੀ ਇਹਦੀ ਏਕਤਾ ਅਸੀਂ ਦੇਖਦੇ ਹਾਂ। ਉਹ ਕਿਸ ਕਿਸ ਸਮੇਂ?
चंद्रगुप्त मौर्य दे समय, चंद्रगुप्त मौर्य, मौर्य साम्राज्य जिहड़ा के 322-23 ईस्वी पूर्व तो स्टार्ट हो जाता चंद्रगुप्त मौर्य। फिर उस तो बाद राजा अशोक, महान अशोक, समुद्रगुप्त आ गया, चंद्रगुप्त दूजा आ गया, हर्षवर्धन का काल आ गया, फिर अलाउद्दीन खलजी आ गया दिल्ली सल्तनत के विच, फिर मुगल बादशाह महान राजा अकबर आ गया। हुण ये राजे जिहड़े होए ने इन्होंने भारत दे विच अनेकता दे विच हुंदे होए भी इत्थे राजनीतिक एकता बना के रखी आ, भारत की मौलिक एकता नूं बना के रखी आ। नंबर दो, भारत का उत्तरी एशिया तो अलग होना। हुण भारत दे जिहड़ा उत्तर दे विच हिमालय पर्वत एक विशाल कंध की तरह खड़ा जां उस दीआं उच्चियां पर्वत श्रेणियां ने जिहड़ियां ओह भारत नूं जिहड़ा हैगा उत्तरी एशिया तो वक्ख कर दिंदियां ने। हुण जिहड़े पहाड़ ने लगभग इन्हां दी एवरेज जे देखिए, औसतन ऊंचाई जे देखिए 20,000 फुट दे लगभग इस ये बर्फ दे नाल ढके रहिंदे ने जिहड़े पहाड़ ने बिल्कुल ही, ते इन्हां नूं पार करना भी बहुत ज्यादा मुश्किल है। जे आपां पुरातन काल दे विच गल करदे हां, पुरातन काल दे समय ਤਾਂ ਉਹ ਸਮੇਂ ਜਿਹੜੇ ਸਮੇਂ ਸਮੇਂ ਤੇ ਜਿਹੜੇ ਜਾਪੀ ਜਾਂ ਵਪਾਰੀ ਜਾਂ ਧਰਮ ਪ੍ਰਚਾਰਕ ਇਹਨਾਂ ਦੇ ਵਿੱਚ ਜਿਹੜੇ ਦਰੇ ਸੀਗੇ ਉਹਨਾਂ ਨੂੰ ਪਾਰ ਕਰਕੇ ਆਏ ਨੇ, ਪਰ ਉਹ ਬਹੁਤੇ ਸਫਲ ਨਹੀਂ ਹੋਏ। ਆਏ ਤਾਂ ਹੈਗੇ ਨੇ ਪਰ ਸਫਲਤਾ ਪ੍ਰਾਪਤ ਨਹੀਂ ਹੋਈ। ਇਸ ਤਰ੍ਹਾਂ ਇਹਦਾ ਨਤੀਜਾ ਕੀ ਨਿਕਲਦਾ ਗਾ ਕਿ ਭਾਰਤ ਦਾ ਜਿਹੜਾ ਸੰਪਰਕ ਆ ਉਹ ਉੱਤਰ ਦੇ ਵਿੱਚ ਚੀਨ, ਜੇ ਮੈਂ ਤੁਹਾਨੂੰ ਨਕਸ਼ੇ ਦੇ ਵਿੱਚ ਵੀ ਦਿਖਾ ਦਾ, ਉੱਤਰ ਦੇ ਵਿੱਚ ਇੱਥੇ ਬਿਲਕੁਲ ਹੀ ਉੱਪਰ ਵਾਲੇ ਹਿੱਸੇ ਦੇ ਵਿੱਚ ਕੀ ਹੈ ਚੀਨ, ਇਸ ਤੋਂ ਬਿਲਕੁਲ ਹੀ ਅਲੱਗ ਕਰਤਾ। ਜਾਂ ਉੱਪਰ ਜਪਾਨ ਦੀ ਗੱਲ ਕਰੀਏ ਤਾਂ ਚੀਨ ਜਪਾਨ ਜਿਹੜੇ ਦੇਸ਼ ਸੀਗੇ, ਜਿਹੜੇ ਗੁਆਂਢੀ ਤਾਂ ਦੇਸ਼ ਸੀਗੇ, ਪਰ ਇਹਨਾਂ ਦਾ ਜਿਹੜਾ ਇਤਿਹਾਸ ਹੈ ਤੇ ਭਾਰਤ ਦਾ ਇਤਿਹਾਸ ਜਿਹੜਾ ਉਹ ਬਿਲਕੁਲ ਹੀ ਵੱਖਰਾ ਗਾ। ਨੰਬਰ ਤਿੰਨ ਤੇ ਭਾਰਤ ਦੀ ਤਿੰਨ ਪਾਸਿਆਂ ਤੋਂ ਪ੍ਰਕਿਰਤਕ ਰੱਖਿਆ। ਹੁਣ ਤਿੰਨ ਪਾਸੇ ਕਿਹੜੇ ਨੇਗੇ, ਆ ਸਮੁੰਦਰ ਵਾਲਾ ਹਿੱਸਾ ਇਹ ਆ ਗਿਆ, ਤੇ ਉੱਤਰ ਦੇ ਵਿੱਚ ਕੀ ਆ ਗਿਆ ਹਿਮਾਲਿਆ ਪਰਬਤ ਆ ਗਿਆ, ਇੱਧਰ ਅਰਬ ਸਾਗਰ ਆ ਗਿਆ, ਥੱਲੜੇ ਪਾਸੇ ਹੇਠਲੇ ਪਾਸੇ ਹਿੰਦ ਮਹਾਸਾਗਰ ਆ ਗਿਆ, ਇੱਧਰ ਬੰਗਾਲ ਦੀ ਖਾੜੀ ਆ ਗਈ, ਤੇ ਇੱਧਰਲੇ ਪਾਸੇ ਜਿਹੜਾ ਹੈਗਾ ਉਹ ਦਰੇ ਨੇਗੇ, ਉੱਤਰ ਦੇ ਵਿੱਚ ਬਿਲਕੁਲ ਹੀ ਇੱਥੋਂ ਲੈ ਕੇ ਇਹ ਵਾਲੇ ਏਰੀਏ ਚੋਂ ਲੈ ਕੇ ਇੱਥੇ ਤੱਕ ਜਿਹੜਾ ਹੈਗਾ ਹਿਮਾਲਿਆ ਪਰਬਤ ਦੀ ਕੰਧ ਬਣੀ ਹੋਈ ਆ। ਤਾਂ ਇਹ ਹੁਣ ਜੇ ਆਪਾਂ ਗੱਲ ਕਰੀਏ ਉੱਤਰ ਦੇ ਵਿੱਚ 1500 ਮੀਲ ਜੇ ਆਪਾਂ ਇਹਦੀ ਹਿਮਾਲਿਆ ਪਰਬਤ ਦੀ ਲੰਬਾਈ ਦੀ ਗੱਲ ਕਰਦੇ ਹਾਂ, ਹਿਮਾਲਿਆ ਪਰਬਤ ਦੀਆਂ ਜਿਹੜੀਆਂ ਸ਼੍ਰੇਣੀਆਂ ਨੇ 1500 ਮੀਲ ਲੰਬੀਆਂ ਨੇ, 150 ਤੋਂ ਲੈ ਕੇ 200 ਮੀਲ ਤੱਕ ਚੌੜੀਆਂ ਨੇ, ਤੇ ਇਹ ਜਿਹੜੀਆਂ ਪਰਬਤ ਸ਼੍ਰੇਣੀਆਂ ਨੇ ਇਹਨਾਂ ਸ਼੍ਰੇਣੀਆਂ ਨੂੰ ਪਾਰ ਕਰਨਾ ਵੱਡੀਆਂ ਫੌਜਾਂ ਦੇ ਲਈ ਜਿਹੜਾ ਪਾਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਸੀਗਾ। ਵੱਖ ਵੱਖ ਯੁੱਗਾਂ ਦੇ ਸਮੇਂ ਹਮਲਾਵਰ ਜਿਹੜੇ ਇਸ ਰਸਤੇ ਦੇ ਵਿੱਚ ਆਉਂਦੇ ਸੀ ਉਹਨਾਂ ਨੂੰ ਭਾਰਤ ਦੇ ਵਿੱਚ ਸ਼ਾਮਿਲ ਹੋ ਕੇ ਹਮਲਾ ਕਰਨਾ ਬਹੁਤ ਜ਼ਿਆਦਾ ਔਖਾ ਸੀ। ਮਤਲਬ ਕਿ ਆਏ ਤਾਂ ਹੈਗੇ ਸੀ ਦਰਿਆ ਦੇ ਰਾਹੀਂ, ਜਿਹੜੇ ਕਿ ਆਪਾਂ ਪ੍ਰਸਿੱਧ ਦਰੇ ਨੇ ਉੱਤਰ ਪੱਛਮ ਦੇ ਵਿੱਚ ਦਰੇ ਨੇਗੇ, ਤੇ ਫਿਰ ਵੀ ਜਿਹੜੀ ਭਾਰਤ ਨੂੰ ਜਿਹੜੀ ਰੱਖਿਆ ਮਿਲੀ ਆ ਤਿੰਨ ਪਾਸਿਆਂ ਤੋਂ ਉਸ ਨੇ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਾ। ਫਿਰ ਆਪਾਂ ਜੇ ਦੇਖੀਏ ਭਾਰਤ ਦੇ ਦੱਖਣ ਪੂਰਬ ਵੱਲ ਬੰਗਾਲ ਦੀ ਖਾੜੀ ਹੋ ਗਈ ਜਾਂ ਅਰਬ ਸਾਗਰ ਹੋ ਗਿਆ, ਇਧਰੋਂ ਵੀ ਸਮੁੰਦਰ ਵਾਲੇ ਪਾਸਿਓਂ ਵੀ ਜਿਹੜਾ ਹੈਗਾ ਕੋਈ ਵੀ ਪ੍ਰਾਚੀਨ, ਜਿੰਨਾ ਚੱਕਰ ਯੂਰਪੀਅਨ ਨਹੀਂ ਆਏ ਭਾਰਤ ਵਿੱਚ, ਉਸ ਤੋਂ ਪਹਿਲਾਂ ਵਾਲਾ ਜਿੰਨਾ ਵੀ ਇਤਿਹਾਸ ਆ ਸਮੁੰਦਰਾਂ ਨੂੰ ਪਾਰ ਕਰਕੇ ਕੋਈ ਵੀ ਦੁਸ਼ਮਣ ਜਿਹੜਾ ਹੈ ਉਹ ਭਾਰਤ ਦੇ ਵਿੱਚ ਦਾਖਲ ਨਹੀਂ ਹੋਇਆ। ਤੇ ਯੂਰਪੀਅਨ ਜਿਹੜੇ ਨੇਗੇ ਸਭ ਤੋਂ ਪਹਿਲਾਂ ਜਿਵੇਂ 1498 ਦੇ ਵਿੱਚ ਪੁਰਤਗਾਲੀ ਆਉਂਦੇ ਆ, ਪੁਰਤਗਾਲੀ ਦੇ ਵਿੱਚੋਂ ਵਾਸਕੋ ਡੀ ਗਾਮਾ ਆਉਂਦਾ, ਵਾਸਕੋ ਡੀ ਗਾਮਾ 1498 ਦੇ ਵਿੱਚ ਆਉਂਦਾ, ਉਹ ਪਹਿਲੀ ਵਾਰੀ ਭਾਰਤ ਦੇ ਵਿੱਚ ਸ਼ਾਮਲ ਹੁੰਦਾ, ਉਹਦੇ ਨਾਲ ਉਹ ਨਾਲ 3 ਜਹਾਜ਼ ਲੈ ਕੇ ਆਉਂਦਾ ਗਾ, ਕਾਲੀਕਟ ਦੇ ਵਿੱਚ ਆ ਕੇ ਪ੍ਰਵੇਸ਼ ਕਰਦਾ ਗਾ। ਅਗਲਾ ਪੁਆਇੰਟ ਹੈ ਉੱਤਰ ਪੱਛਮ ਤੋਂ ਵਿਦੇਸ਼ੀ ਹਮਲਾਵਰਾਂ ਦਾ ਪ੍ਰਵੇਸ਼। ਉੱਤਰ ਪੱਛਮ ਦੇ ਵਿੱਚ ਹੁਣ ਕੀ ਹੈ, ਉੱਤਰ ਪੱਛਮ ਦੇ ਵਿੱਚ ਜਿਹੜੀਆਂ ਹਿਮਾਲਿਆ ਪਰਬਤ ਦੀਆਂ ਪਰਬਤੀ ਸ਼੍ਰੇਣੀਆਂ ਨੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਉਚਾਈ ਵਿੱਚ ਬਹੁਤ ਘੱਟ ਹੈ ਉੱਤਰ ਪੱਛਮ ਦੇ ਵਿੱਚ,
ਉਹਨਾਂ ਵਿੱਚ ਜਿਹੜੇ ਦਰੋ ਨੇ ਖੈਬਰ ਆ, ਕੁਰਮ, ਟੋਚੀ ਆ, ਗੋਮਲਾ, ਬਲਾਨ, ਇਹ ਜਿਹੜੇ ਪ੍ਰਸਿੱਧ ਦਰੇ ਨੇ। ਹੁਣ ਇਹਨਾਂ ਦੀ ਉਚਾਈ ਜਿਹੜੀ ਜ਼ਿਆਦਾ ਨਹੀਂ ਹੈਗੀ, ਨਾ ਹੀ ਇਹ ਜ਼ਿਆਦਾ ਬਰਫ਼ ਨਾਲ ਢਕੇ ਹੋਏ ਨੇ, ਤੇ ਇਹਨਾਂ ਨੂੰ ਪਾਰ ਕਰਨਾ ਵੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ। ਤਾਂ ਇਹਨਾਂ ਦਰਿਆਵਾਂ ਰਾਹੀਂ ਜਿਹੜੇ ਵਿਦੇਸ਼ੀ ਹਮਲਾਵਰ ਨੇ ਉਹ ਭਾਰਤ ਦੇ ਵਿੱਚ ਇਹਨਾਂ ਰਸਤਿਆਂ ਦੇ ਰਾਹੀਂ ਆਉਂਦੇ ਰਹੇ, ਹਮਲਾ ਕਰਦੇ ਰਹੇ। ਤੇ ਪ੍ਰਾਚੀਨ ਕਾਲ ਤੋਂ ਲੈ ਕੇ 18ਵੀਂ ਸਦੀ ਤੱਕ ਇਕੱਲੇ ਯੂਰਪੀਅਨ ਨੂੰ ਛੱਡ ਕੇ ਦੂਜੇ ਸਾਰੇ ਜਿਹੜੇ ਹਮਲਾਵਰ ਨੇ ਇਹਨਾਂ ਦਰਿਆਵਾਂ ਰਾਹੀਂ ਹੀ ਆਏ ਨੇ, ਜਿਹੜੇ ਇਹ ਖੈਬਰ, ਕਰਮ, ਟੋਚੀ, ਗੋਮਲਾਨ, ਇਹਨਾਂ ਦਰਿਆ ਦੇ ਵਿੱਚੋਂ ਸਭ ਤੋਂ ਜਿਹੜਾ ਪ੍ਰਸਿੱਧ ਦਰਾ ਕਿਹੜਾ ਹੈ, ਉਹ ਖੈਬਰ ਦਰਾ ਗਾ। ਤੇ ਹੁਣ ਦੁਸ਼ਮਣ ਕਿਹੜੇ ਸੀ, ਹਮਲਾਵਰ ਕਿਹੜੇ ਸੀਗੇ? ਇਰਾਨੀ, ਯੂਨਾਨੀ, ਕੁਸ਼ਾਣ, ਹੂਣ, ਤੁਰਕ, ਮੁਗਲ, ਦੁਰਾਨੀ, ਇਹ ਸਾਰੇ ਦੇ ਸਾਰੇ ਜਿਹੜੇ ਸੀਗੇ ਇਹ ਹਮਲਾਵਰ ਇਹ ਦਰਿਆ ਨੂੰ ਪਾਰ ਕਰਕੇ ਹੀ ਭਾਰਤ ਦੇ ਵਿੱਚ ਦਾਖਲ ਹੋਏ ਨੇ। ਇਹਨਾਂ ਨੇ ਇੱਥੇ ਆ ਕੇ ਕੀ ਕੀਤਾ ਗਾ, ਬਹੁਤੀਆਂ ਜਿਹੜੀਆਂ ਮਤਲਬ ਕਿ ਇਰਾਨੀ, ਜਵਾਨੀ, ਕੁਸ਼ਾਣਾਂ ਦੇ ਵਿੱਚ ਬਹੁਤ ਜਿਹੜੇ ਹੈਗੇ ਸੀਗੇ ਇੱਥੇ ਰਾਜ ਸਥਾਪਿਤ ਕਰਕੇ ਇੱਥੇ ਹੀ ਰਹਿਣ ਲੱਗ ਗਏ, ਤੇ ਕੁਝ ਕੁ ਵਿੱਚ ਜਿਹੜੇ ਹੈਗੇ ਨੇ ਇੱਥੇ ਲੁੱਟ ਮਾਰ ਕਰਕੇ ਵਾਪਸ ਚਲੇ ਜਾਂਦੇ ਸੀਗੇ। ਉਸ ਤੋਂ ਬਾਅਦ ਹੈ ਪੰਜਾਬ ਭਾਰਤ ਦੀਆਂ ਫੈਸਲਾਕੁੰਨ ਲੜਾਈਆਂ ਦਾ ਅਖਾੜਾ। ਹੁਣ ਪੰਜਾਬ ਦਾ ਜਿਹੜਾ ਐਂਟਰੀ ਪੁਆਇੰਟ ਆ ਉਹ ਕਿੱਥੇ ਆ, ਪਾਕਿਸਤਾਨ ਦੇ ਜਿਹੜਾ ਅਣਵੰਡਿਆ ਪੰਜਾਬ, ਆਪਣਾ ਅਣਵੰਡਿਆ ਇੰਡੀਆ, ਉਹ ਸਾਰੇ ਦਾ ਸਾਰਾ ਕੀ ਹੈ, ਸਭ ਤੋਂ ਪਹਿਲਾਂ ਇੱਥੇ ਪੰਜਾਬ ਦਾ ਰਸਤਾ ਆਉਂਦਾ ਗਾ, ਇਹ ਵਾਲੇ ਇਲਾਕੇ ਤੇ ਜਿਹੜਾ ਤੁਸੀਂ ਨਕਸ਼ੇ ਦੇ ਵਿੱਚ ਦੇਖ ਰਹੇ ਹੋ, ਇੱਥੋਂ ਜਿਹੜਾ ਐਂਟਰੀ ਕਿੱਥੇ ਹੁੰਦੀ ਹੈ, ਪੰਜਾਬ ਦੇ ਵਿੱਚ। ਹੁਣ ਜਦੋਂ ਵੀ ਕਿਸੇ ਬਾਹਰੋਂ ਹਮਲਾਵਰ ਨੇ ਆਉਣਾ ਉੱਤਰ ਪੱਛਮੀ ਦਰਿਆ ਨੂੰ ਪਾਰ ਕਰਕੇ, ਸਭ ਤੋਂ ਪਹਿਲਾਂ ਉਸਨੂੰ ਪੰਜਾਬ ਦੇ ਵਿੱਚ ਪ੍ਰਵੇਸ਼ ਕਰਨਾ ਪੈਂਦਾ ਸੀ। ਪੰਜਾਬ ਦੇ ਵਿੱਚ ਪੰਜਾਬ ਜਿਹੜਾ ਹੈਗਾ ਸੀ ਭਾਰਤ ਦਾ ਇੱਕ ਪ੍ਰਵੇਸ਼ ਦੁਆਰ ਸੀਗਾ, ਤੇ ਇੱਥੇ ਸਭ ਤੋਂ ਪਹਿਲਾਂ ਪੰਜਾਬ ਦੇ ਨਾਲ ਉਸਨੂੰ ਯੁੱਧ ਕਰਨਾ ਪੈਂਦਾ ਸੀ, ਫਿਰ ਹੀ ਉਹ ਅੱਗੇ ਦਿੱਲੀ ਨੂੰ ਦਿੱਲੀ ਉੱਤੇ ਕਬਜ਼ਾ ਕਰਨ ਲਈ ਅੱਗੇ ਤਾਂ ਹੀ ਵੱਧਦਾ ਸੀ ਜੇ ਪੰਜਾਬ ਨੂੰ ਦਿੰਦਾ ਸੀ, ਜਾਂ ਅੱਗੇ ਹੋਰ ਭਾਰਤ ਦੇ ਵਿੱਚ ਇੱਧਰ ਪੂਰਬ ਭਾਰਤ ਦੇ ਵੱਲ, ਪੂਰਬ ਭਾਰਤ ਵੱਲ ਵਧਣ ਲਈ ਜਾਂ ਦੱਖਣ ਭਾਰਤ ਦੇ ਵੱਲ ਵਧਣ ਲਈ ਸਭ ਤੋਂ ਪਹਿਲਾਂ ਉਹਨੂੰ ਪੰਜਾਬ ਦੇ ਵਿੱਚ ਹੋ ਕੇ ਗੁਜ਼ਰਨਾ ਪੈਂਦਾ ਸੀਗਾ। ਜੇ ਗੱਲ ਕਰੀਏ ਸਿਕੰਦਰ ਦੀ, ਸਿਕੰਦਰ ਮਹਾਨ ਪੰਜਾਬ ਦੇ ਵਿੱਚ ਇੱਥੋਂ ਦਾਖਲ ਹੋਇਆ ਉੱਤਰ ਪੱਛਮੀ ਦਰਿਆ ਦੇ ਰਾਹੀਂ, ਤੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆ ਕੇ ਉਹ ਪੋਰਸ ਦੇ ਨਾਲ ਲੜਦਾ ਗਾ, ਤੇ ਉਹ ਅੱਗੇ ਦਿੱਲੀ ਦੇ ਵੱਲ ਵੱਧਦਾ ਸੀ, ਪਰ ਬਿਆਸ ਦਰਿਆ ਦੇ ਵਿੱਚ ਕੀ ਆਇਆ ਸੀ, ਹੜ੍ਹ ਆਇਆ ਸੀ, ਹੜ੍ਹ ਆਉਣ ਕਰਕੇ ਉਹ ਪਾਰ ਨਹੀਂ ਕਰ ਸਕਿਆ ਤੇ ਉਹ ਵਾਪਸ ਚਲਾ ਗਿਆ ਸੀਗਾ। ਤਾਂ ਇਸ ਕਰਕੇ ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਬਹੁਤੇ ਹਮਲਾਂ ਦੀ ਬਹੁਤ ਮੁਸ਼ਕਲ ਹੁੰਦਾ ਸੀਗਾ ਕਿ ਅੱਗੇ ਉਹ ਜਾ ਕੇ ਰਾਜ ਸਥਾਪਿਤ ਕਰਨ। ਤੇ ਹੁਣ ਚੰਦਰਗੁਪਤ ਮੌਰੀਆ ਦੀ ਗੱਲ ਕਰੀਏ, ਜੇ ਉਹਦਾ ਮੌਰੀਆ ਸਾਮਰਾਜ ਆ, ਜਦੋਂ ਸਿਕੰਦਰ ਆਉਂਦਾ ਗਾ ਉਦੋਂ, ਉਸ ਤੋਂ ਬਾਅਦ ਥੋੜੇ ਚਿਰ ਬਾਅਦ ਚੰਦਰਗੁਪਤ ਮੌਰੀਆ ਆਪਣਾ ਰਾਜ ਸਥਾਪਿਤ ਕਰਦਾ ਗਾ, ਤਾਂ ਉਹ ਸਭ ਤੋਂ ਪਹਿਲਾਂ ਪੰਜਾਬ ਦੀ ਜਿੱਤ ਤੋਂ ਹੀ ਸ਼ੁਰੂਆਤ ਕਰਦਾ ਗਾ, ਪੰਜਾਬ ਨੂੰ ਜਿੱਤਦਾ ਗਾ, ਫਿਰ ਉਹ ਅੱਗੇ ਅਗਲੇ ਭਾਰਤ ਨੂੰ ਫਤਿਹ ਕਰਦਾ, ਜਾਂ ਅੱਗੇ ਅਗਲਾ ਜਿਹੜਾ ਵਿਸ਼ਾਲ ਭਾਰਤ ਆ ਉਸ ਨੂੰ ਅੱਗੇ ਫਤਿਹ ਕਰਦਾ ਗਾ, ਉਹ ਤਾਂ ਹੀ ਕਰਦਾ, ਸਭ ਤੋਂ ਪਹਿਲਾਂ ਉਹ ਪੰਜਾਬ ਨੂੰ ਜਿੱਤ ਕੇ ਅੱਗੇ ਵੱਧਦਾ ਗਾ। ਫਿਰ ਜੇ ਆਪਾਂ ਫੈਸਲਾਕੁੰਨ ਲੜਾਈਆਂ ਦੀ ਗੱਲ ਕਰੀਏ, ਹੁਣ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਇਹ ਇਲਾਕਾ, ਪੰਜਾਬ ਦਾ ਬਹੁਤ ਵੱਡਾ ਇਲਾਕਾ ਸੀਗਾ, ਤਾਂ ਪੰਜਾਬ ਦੇ ਇਲਾਕੇ ਦੇ ਵਿੱਚ ਤਰਾਈ ਦੀਆਂ ਦੋ ਲੜਾਈਆਂ ਲੜੀਆਂ ਗਈਆਂ ਨੇ 1191 ਤੇ 1192 ਵਿੱਚ, ਮੁਹੰਮਦ ਗੌਰੀ ਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ। ਹੁਣ ਪਹਿਲੀ ਲੜਾਈ ਦੇ ਵਿੱਚ ਮੁਹੰਮਦ ਗੌਰੀ ਹਾਰ ਜਾਂਦਾ, ਦੂਜੀ ਲੜਾਈ ਦੇ ਵਿੱਚ ਮੁਹੰਮਦ ਗੌਰੀ ਜਿੱਤ ਜਾਂਦਾ। ਇੱਥੇ ਉਹ ਪਹਿਲਾਂ ਇੱਥੇ ਦਿੱਲੀ ਅੱਗੇ ਫਿਰ ਦਿੱਲੀ ਤੱਕ ਪਹੁੰਚ ਜਾਂਦਾ, ਫਿਰ ਇੱਥੇ ਦਿੱਲੀ ਦੇ ਵਿੱਚ ਕੀ ਹੈ, ਮੁਸਲਿਮ ਰਾਜ ਜਿਹੜਾ ਹੈਗਾ ਉਹ ਸਥਾਪਿਤ ਕਰਦਾ, ਜਾਂ ਮੁਸਲਿਮ ਰਾਜ ਦਾ ਨੀਂਹ ਪੱਥਰ ਰੱਖਦਾ ਗਾ। ਫਿਰ ਪਾਣੀਪਤ ਦੀਆਂ ਤਿੰਨ ਲੜਾਈਆਂ ਲੜੀਆਂ ਗਈਆਂ। ਸਭ ਤੋਂ ਪਹਿਲੀ ਲੜਾਈ ਜਿਹੜੀ ਹੈਗੀ ਆ 1526 ਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੁੰਦੀ ਹੈ। ਬਾਬਰ ਜਿਹੜਾ ਇਬਰਾਹਿਮ ਲੋਧੀ ਨੂੰ ਹਰਾ ਕੇ ਇੱਥੇ ਮੁਗਲ ਸਾਮਰਾਜ ਦੀ ਨੀਂਹ ਰੱਖਦਾ ਗਾ। 1556 ਦੇ ਵਿੱਚ ਅਕਬਰ ਤੇ ਹੇਮੂ ਦੇ ਵਿੱਚ ਜਿਹੜੀ ਲੜਾਈ ਹੁੰਦੀ ਹੈ ਪਾਣੀਪਤ ਦੀ ਦੂਜੀ ਲੜਾਈ 1556 ਦੇ ਵਿੱਚ, ਇਹਦਾ ਨਤੀਜਾ ਕੀ ਹੁੰਦਾ ਕਿ ਜਿਹੜਾ ਸਾਮਰਾਜ ਬਾਬਰ ਨੇ ਸਥਾਪਿਤ ਕੀਤਾ ਸੀ ਉਸ ਨੂੰ ਹੋਰ ਵਿਸ਼ਾਲ ਕਰ ਦਿੱਤਾ ਅਕਬਰ ਨੇ। 1761 ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਹੈ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ। ਇਸ ਪਾਣੀਪਤ ਦੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਮਰਾਠਿਆਂ ਨੂੰ ਬਹੁਤ ਬੁਰੀ ਤਰ੍ਹਾਂ ਹਰਾ ਦਿੰਦਾ ਤੇ ਉਹਨਾਂ ਦੀ ਸ਼ਕਤੀ ਨੂੰ ਬਹੁਤ ਜ਼ਿਆਦਾ ਸੱਟ ਵੱਜਦੀ ਹੈ। ਇਸ ਤਰ੍ਹਾਂ ਜਿਹੜੀਆਂ ਮਹਾਨ ਲੜਾਈਆਂ ਹੋਈਆਂ ਨੇ, ਫੈਸਲਾਕੁੰਨ ਲੜਾਈਆਂ ਹੋਈਆਂ ਨੇ, ਜਿਨ੍ਹਾਂ ਨੇ ਭਾਰਤ ਦੇ ਇਤਿਹਾਸ
ਉਹਨਾਂ ਦੇ ਵਿੱਚ ਵੱਡੀ ਚੇਂਜ ਜਾਂ ਵੱਡੀ ਤਬਦੀਲੀ ਲੈ ਕੇ ਆਉਂਦੀ ਉਸ ਪੰਜਾਬ ਦੇ ਵਿੱਚ ਹੀ ਲੜੀਆਂ ਗਈਆਂ ਨੇ। ਅਗਲਾ ਹੈ ਵਿਦੇਸ਼ੀ ਹਮਲਾਵਰਾਂ ਲਈ ਆਕਰਸ਼ਣ ਜਾਂ ਖਿੱਚ ਦਾ ਸਾਧਨ। ਹੁਣ ਜਿਹੜਾ ਭਾਰਤ ਆ, ਹੁਣ ਭਾਰਤ ਜਿਹੜਾ ਹੈਗਾ ਬਹੁਤ ਵਿਸ਼ਾਲ ਦੇਸ਼ ਸੀ। ਭਾਰਤ ਦਾ ਜਿਹੜਾ ਉੱਤਰੀ ਮੈਦਾਨ ਨੇ ਬਹੁਤ ਜ਼ਿਆਦਾ ਜਿਹੜੇ ਉਪਜਾਊ ਸੀ, ਇੱਥੇ ਜਾ ਖੇਤੀਬਾੜੀ ਬਹੁਤ ਜ਼ਿਆਦਾ ਹੁੰਦੀ ਸੀ, ਅਮੀਰ ਸੀ, ਇੱਥੇ ਅੰਨ ਧਨ ਦੌਲਤ ਬਹੁਤ ਜ਼ਿਆਦਾ ਸੀ। ਤਾਂ ਇੱਥੇ ਜਿਹੜਾ ਬਾਹਰਲੇ ਦੁਸ਼ਮਣਾਂ ਦੇ ਲਈ ਜਿਹੜਾ ਉੱਤਰੀ ਭਾਰਤ ਆ ਉਹ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਉੱਤਰ ਪੱਛਮੀ ਦਰਿਆ ਦੇ ਰਾਹੀਂ ਸ਼ਾਮਿਲ ਹੁੰਦੇ ਸੀ, ਸਭ ਤੋਂ ਉਹ ਉਪਜਾਊ ਇਲਾਕੇ ਦੇ ਵਿੱਚ, ਸਭ ਤੋਂ ਅਮੀਰ ਦੇਸ਼ ਮਤਲਬ ਕਿ ਇਲਾਕਿਆਂ ਦੇ ਵਿੱਚ ਸ਼ਾਮਿਲ ਹੁੰਦੀ ਸੀ। ਉੱਥੇ ਉਹ ਉੱਥੇ ਆ ਕੇ ਹਮਲੇ ਕਰਦੇ, ਲੜਾਈਆਂ ਕਰਦੇ, ਉੱਥੋਂ ਜਿੰਨਾ ਵੀ ਅਨਾਜ ਧਨ ਦੌਲਤ ਮਿਲਦੀ ਉਹਨਾਂ ਨੂੰ ਹੋਰ ਉਤਸ਼ਾਹ ਮਿਲਦਾ, ਹੋਰ ਅੱਗੇ ਭਾਰਤ ਨੂੰ ਜਿੱਤਣ ਦਾ ਜਿਹੜਾ ਹੈਗਾ ਇੱਕ ਉਤਸ਼ਾਹ ਮਿਲਦਾ ਵੀ ਅੱਗੇ ਵੀ ਅਸੀਂ ਹੋਰ ਦਿੱਤੀ ਹੈ ਭਾਰਤ ਨੂੰ। ਇਸ ਕਰਕੇ ਜਿਹੜਾ ਖਿੱਚ ਦਾ ਕੇਂਦਰ ਬਣਿਆ ਰਿਹਾ ਭਾਰਤ, ਉਹ ਕਿਹਦੇ ਕਰਕੇ? ਇਹ ਭਾਰਤ ਦੀ ਧਨ ਦੌਲਤ ਕਰਕੇ, ਜਾਂ ਭਾਰਤ ਦਾ ਉੱਤਰੀ ਇਲਾਕਾ ਸੀ ਜਿਹੜਾ ਬਹੁਤ ਜ਼ਿਆਦਾ ਉਪਜਾਊ ਸੀ। ਅਗਲਾ ਹੈ ਉੱਤਰੀ ਭਾਰਤ ਵਿੱਚ ਸਾਮਰਾਜਾਂ ਦਾ ਉਥਾਨ। ਹੁਣ ਉੱਤਰੀ ਜਿਹੜਾ ਉੱਤਰੀ ਭਾਰਤ ਆ ਉਹਦੇ ਵਿੱਚ ਵੱਡੇ ਵੱਡੇ ਸਾਮਰਾਜਾਂ ਦਾ ਉਥਾਨ ਹੋਇਆ, ਠੀਕ ਆ। ਹੁਣ ਉੱਤਰੀ ਭਾਰਤ ਦੀ ਜੇ ਆਪਾਂ ਗੱਲ ਕਰੀਏ, ਗੰਡਕ ਸਿੰਘ ਦੇ ਮੈਦਾਨ ਨੇ ਉੱਤਰੀ ਭਾਰਤ ਦੇ ਵਿੱਚ, ਤੇ ਇਹ ਜਿਹੜੇ ਗੰਗਾ ਤੇ ਸਿੰਘ ਦੇ ਜਿਹੜੇ ਮੈਦਾਨ ਨੇ ਇਹ ਇੱਥੋਂ ਲੈ ਕੇ ਉੱਪਰੋਂ ਲੈ ਕੇ ਉੱਤਰੀ ਭਾਰਤ ਤੋਂ ਲੈ ਕੇ ਨਕਸ਼ੇ ਦੇ ਵਿੱਚ ਦੇਖਦੇ ਉਹ ਇੱਥੋਂ ਲੈ ਕੇ ਇਹ ਸਾਰੇ ਦਾ ਸਾਰਾ ਜਿਹੜਾ ਇਹ ਜਿਹੜਾ ਵਿਸ਼ਾਲ ਮੈਂ ਸਰਕਲ ਕਰ ਰਿਹਾ ਹੈ ਕਰਸਲ ਦੇ ਨਾਲ, ਇਹ ਸਾਰੇ ਦਾ ਸਾਰਾ ਕੀ ਆ ਕਿ ਉੱਤਰੀ ਮੈਦਾਨ ਨੇ, ਗੰਗਾ ਤੇ ਸਿੰਧ ਦੇ ਮੈਦਾਨ ਨੇ ਇੱਥੋਂ ਲੈ ਕੇ, ਇੱਥੋਂ ਲੈ ਕੇ ਗੰਗਾ ਬ੍ਰਹਮਪੁੱਤਰ ਨਦੀ ਹੈ, ਇੱਥੋਂ ਲੈ ਕੇ ਦੱਖਣੀ ਪਠਾਰ ਤੱਕ ਫੈਲਿਆ ਹੋਇਆ। ਤਾਂ ਇਹ ਬਹੁਤ ਜ਼ਿਆਦਾ ਜਿਹੜਾ ਖੁਸ਼ਹਾਲ ਇਲਾਕਾ ਗਾ। ਤਾਂ ਇਸ ਉੱਤਰੀ ਭਾਰਤ ਦੇ ਵਿੱਚ ਜਿਹੜੇ ਵਿਸ਼ਾਲ ਭਿੰਨ ਭਿੰਨ ਯੁੱਗਾਂ ਦੇ ਵਿੱਚ ਵਿਸ਼ਾਲ ਤੇ ਧਨਾੜ ਸਾਮਰਾਜ ਪੈਦਾ ਹੋਏ ਨੇ, ਜਿਵੇਂ ਕਿ ਮੌਰੀਆ ਸਾਮਰਾਜ, ਗੁਪਤ ਸਾਮਰਾਜ, ਵਰਧਨ ਸਾਮਰਾਜ, ਦਿੱਲੀ ਸਲਤਨਤ, ਮੁਗਲ ਸਾਮਰਾਜ, ਇਹ ਸਾਰੇ ਦੇ ਸਾਰੇ ਜਿਹੜੇ ਵੱਡੇ ਵੱਡੇ ਸਾਮਰਾਜ ਨੇ ਇਹ ਉੱਤਰੀ ਭਾਰਤ ਦੇ ਵਿੱਚ ਹੀ ਪੈਦਾ ਹੋਏ ਨੇ। ਫਿਰ ਉਸ ਤੋਂ ਅੱਗੇ ਹੈ ਦਿੱਲੀ ਭਾਰਤ ਦੀ ਰਾਜਧਾਨੀ। ਹੁਣ ਜੇ ਆਪਾਂ ਦਿੱਲੀ ਦੇਖੀਏ, ਇਹ ਹਰਿਆਣਾ, ਇੱਥੇ ਹਰਿਆਣਾ ਗਾ, ਇੱਥੇ ਜਿੱਥੇ ਮੈਂ ਕਰਸਲ ਖੜਾ ਰਿਹਾ ਇੱਥੇ ਇੱਥੇ ਜਿਹੜੀ ਹੈ ਦਿੱਲੀ ਆ, ਇੱਥੇ ਇਹ ਦਿੱਲੀ ਜਿਹੜੀ ਉੱਤਰੀ ਭਾਰਤ ਦੇ ਸੈਂਟਰ ਵਿੱਚ, ਉੱਤਰੀ ਭਾਰਤ ਦੇ ਕੇਂਦਰ ਵਿੱਚ ਆ। ਤਾਂ ਇਸ ਦੀ ਭੂਗੋਲਿਕ ਸਥਿਤੀ ਦੇ ਕਰਕੇ ਇਹ ਬਹੁਤ ਹੀ ਮਹੱਤਵਪੂਰਨ ਇਲਾਕਾ ਮੰਨਿਆ ਜਾਂਦਾ ਸੀ। ਤੇ ਇਸ ਦੀ ਭੂਗੋਲਿਕ ਸਥਿਤੀ ਦੇ ਕਰਕੇ ਉੱਤਰੀ ਭਾਰਤ ਵਿੱਚ ਜਿਹੜੇ ਸਾਮਰਾਜ ਸੀ ਉਹਨਾਂ ਨੂੰ ਉੱਤਰੀ ਭਾਰਤ ਦੇ ਵਿੱਚ ਕੰਟਰੋਲ ਕਰਨਾ ਬਹੁਤ ਸੌਖਾ ਹੋ ਜਾਂਦਾ ਸੀ ਸੈਂਟਰ ਦੇ ਵਿੱਚ। ਆਪਾਂ ਪੁਰਾਣੇ ਸਮੇਂ ਦੇ ਵਿੱਚ ਮੌਰੀਆ ਸਾਮਰਾਜ ਦੀ ਗੱਲ ਕਰੀਏ ਜਾਂ ਗੁਪਤ ਸਾਮਰਾਜ ਦੀ ਗੱਲ ਕਰੀਏ, ਉਹਨਾਂ ਦੀ ਰਾਜਧਾਨੀ ਕਿੱਥੇ ਸੀ? ਬਿਹਾਰ ਦੇ ਵਿੱਚ ਪਾਟਲੀਪੁੱਤਰ ਦੇ ਵਿੱਚ ਸੀ। ਤਾਂ ਪਾਟਲੀਪੁੱਤਰ ਜਿਹੜਾ ਹੈਗਾ ਬਹੁਤ ਸੈਂਟਰ ਦੇ ਵਿੱਚ ਨਹੀਂ ਸੀ, ਇੱਥੋਂ ਰਾਜ ਜਿਹੜਾ ਕਰਨਾ ਬਹੁਤ ਸੌਖਾ ਨਹੀਂ ਸੀ। ਜਿਵੇਂ ਕਿ ਮੌਰੀਆ ਸਾਮਰਾਜ ਦੇ ਰਾਜਾ ਦੀ ਗੱਲ ਕਰੀਏ ਜਾਂ ਗੁਪਤ ਸਾਮਰਾਜ ਦੇ ਰਾਜਾ ਦੀ ਗੱਲ ਕਰੀਏ, ਉਹਨਾਂ ਦੀ ਇੱਕ ਭੁੱਲ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਦਿੱਲੀ ਦੇ ਇਲਾਕੇ ਜਾਂ ਦਿੱਲੀ ਨੂੰ ਰਾਜਧਾਨੀ ਨਹੀਂ ਬਣਾਇਆ। ਤੇ ਇਲਤੁਤਮਿਸ ਦੇ ਸਮੇਂ, ਜਿਹੜਾ ਹੈਗਾ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਜਾਂਦਾ ਗਾ। ਇਸ ਕਰਕੇ ਦਿੱਲੀ ਸਲਤਨਤ ਜਿਹੜੇ ਕਿ ਮਤਲਬ ਕਿ ਦਾਸ ਵੰਸ਼ ਸੀ, ਉਸਨੂੰ ਦਿੱਲੀ ਸਲਤਨਤ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਿਆ। ਦਿੱਲੀ ਸਲਤਨਤ ਦੇ ਵਿੱਚੋਂ ਕਿਹੜਾ ਮੁਹੰਮਦ ਬਿਨ ਤੁਗਲਕ ਸੀ ਜਿਸਨੇ ਦਿੱਲੀ ਥਾਂ ਤੇ ਦੇਵਗਿਰੀ ਨੂੰ ਰਾਜਧਾਨੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫਲ ਨਹੀਂ ਸੀ ਹੋਇਆ। ਉਹਨੇ ਬੜੇ ਤਜਰਬੇ ਕੀਤੇ ਬਹੁਤ ਆਪਣੇ ਸਾਮਰਾਜ ਦੇ ਰਾਜਕਾਲ ਦੇ ਵਿੱਚ, ਪਰ ਜ਼ਿਆਦਾਤਰ ਉਹ ਅਸਫਲ ਰਿਹਾ। ਤੇ ਮੁਗਲਾਂ ਦੇ ਸਮੇਂ ਵੀ ਦਿੱਲੀ ਨੂੰ ਜਾਂ ਦਿੱਲੀ ਦੇ ਨੇੜੇ ਤੇੜੇ ਆਗਰੇ ਨੂੰ ਰਾਜਧਾਨੀ ਬਣਾਇਆ ਗਿਆ। ਅੰਗਰੇਜ਼ਾਂ ਨੇ 1911 ਦੇ ਵਿੱਚ ਕਲਕੱਤੇ ਦੀ ਥਾਂ ਤੇ ਦਿੱਲੀ ਨੂੰ ਰਾਜਧਾਨੀ ਬਣਾਇਆ ਗਿਆ ਸੀ, ਤੇ ਅੱਜ ਵੀ ਸਾਡੀ ਜਿਹੜੀ ਦਿੱਲੀ ਭਾਰਤ ਦੀ ਰਾਜਧਾਨੀ ਆ, ਕਿਉਂਕਿ ਇੱਥੋਂ ਜਿਹੜਾ ਹੈਗਾ ਵੀ ਕੰਟਰੋਲ ਕਰਨਾ ਜਾਂ ਅੱਗੇ ਦੇਖਣਾ ਉਹ ਸੌਖਾ ਸੀਗਾ ਉਸ ਸਮੇਂ ਰਾਜਿਆਂ ਨੂੰ। ਇਹ ਏਸ਼ੀਆ ਮਹਾਂਦੀਪ ਹੈ, ਇਹ ਸਾਰੇ ਦਾ ਸਾਰਾ ਕੀ ਹੈ? ਏਸ਼ੀਆ ਮਹਾਂਦੀਪ। ਇਹ ਨਕਸ਼ਾ ਤੁਸੀਂ ਦੇਖ ਰਹੇ ਹੋ ਏਸ਼ੀਆ ਮਹਾਂਦੀਪ, ਜਿਹਦੇ ਵਿੱਚ ਭਾਰਤ ਇਹ ਗ੍ਰੀਨ ਰੰਗ ਦੇ ਵਿੱਚ ਦਿਖਾਈ ਦੇ ਰਿਹਾ। ਨੰਬਰ 9 ਤੇ ਉੱਤਰੀ ਪੱਛਮੀ ਸੀਮਾ ਦੀ ਸਮੱਸਿਆ।
उत्तर पछमी सीमा की समस्या। हम उत्तर पछमी सीमा जी है इस नक्शे दे विच देखो क्लीयर ये वाला जोड़ा इलाका गया ये उत्तर पछमी सीमा की उत्तर पछमी सीमा पाकिस्तान जो अफगानिस्तान के नाल लगता इलाका उत्तर हूँ इधरों भारत का प्रवेश द्वार से हमलावर का प्रवेश द्वार से इतों ही भारत के जोड़े भारत के हमला करने हमलावर आते तो यह बहुत वो समस्या बनी हुई सी। दूसरा जोड़ा ये इलाका गा ये इलाका जोड़ा है पथरीला सी अपना कह लिए भी इतने घाटियां सगिया इतने कोई पैदावार बहुत नहीं सी होंगी इतने जोड़े भी कबीले रहने से उन्होंने जोड़ा जीवन निर्वाह करने के लिए कोई उन्होंने कोई बहुते साधन नहीं सी है उन्होंने आदत की पै गई लुट मार करना ता करके भारत के साम्राज्य में यह उत्तर पछमी सीमा तो हमेशा ही जी समस्या बनी हुई लुट मार के करके भी हमलों के करके भी इस करके जोड़े जोड़े राज ने उत्तर पश्चिमी उत्तर पछमी सीमा के वल सख्ती के नाल ध्यान दिता सख्ती के नाल जिहड़ा जिहड़े इधरले कबीले नूं बुला के रखिया जां इधरों जिन्ने भी हमलावर आउंदे सीगे उन्हां दे उत्ते ध्यान दिता तां ही उह जिहड़े साम्राज ने सफल होए ने उह अगे अपना साम्राज जिहड़ा सीगा लंबे समय तक बना के रखिया जिहड़े साम्राज्यां ने जां जिहड़े राजां ने उत्तर पछमी सीमा के वल ध्यान नहीं दिता अणगहली वरती है उन्होंने जो साम्राज्य से बहुत जल्दी जो चेरू चेरू हो गया से उन्होंने पतन बहुत जल्दी हो गया से। हुण मौर्य सम्राट ने जो मौर्य सम्राटा ने तक्षशिला सावाजगढ़ी कपीसी कंधार इन्होंने उत्ते शक्तिशाली जो किलों का निर्माण किया तकड़े तकड़े किले बनाए ये वाले पाकिस्तान वाला आ उपरला एरिया सारा नक्शे देखो उपर वाले एरिए इतने जोड़े मौर्य साम्राज्य के राज ने जो शक्तिशाली किलों का निर्माण किया इस करके कि उत्तर पछमी सीमा के जोड़े समस्यावान सुलझाया जा सके या इधरों कोई खतरा ना पैदा हो जाए। दिल्ली सल्तनत की गल करिए मलबन होया अलाउद्दीन खलजी वर्गे हुए इन्होंने उत्तर पछमी सीमा प्रति जिहड़ी नीति सी वह बड़ी सख्त अपनाई सी जिहदे करके इन्होंने मतलब कि अपना लंबा समा जिहड़ा राज कीता सीगा। अकबर ने भी अफगानिस्तान अपने विच शामिल कर लिया सीगा औरंगजेब ने भी औरंगजेब ने भी सारी जिंदगी जिहड़ा हैगा उत्तर पछमी सीमा दे सीमा वल ध्यान रखिया जां इधर उलझदा रहा। फिर उस तो बाद है अगला पॉइंट दक्षिणी भारत का उत्तरी भारत तो अड होना। हुण विंध्याचल अते सतपुड़ा दीयां पर्वत जिहड़ियां पर्वती श्रेणियां ने उन्हां ने भारत नूं दो टुकड़िआं दे विच वंडता। जे आपां देखिए भी इत्थे सेंटर दे विच इत्थों दक्षिणी पठार शुरू हो जांदा विंध्याचल से सतपुड़ा की जो पर्वत श्रेणिया ने भारत के सेंटर दे विच इस इलाके ने भारत ने दो हिस्सों के वंडता तो दक्षणी जी पठार से दक्षण वाला थले वाला एरिया दक्षणी पठार से पथरीला होने के करके घट उपजाऊ सी ते इत्थे जंगल जंगलों नाल घिरिया होया सी जां पर्वतों के नाल घिरिया होया सी ते विदेशी जिहड़े हमलावर सीगे उन्होंने लिए भी कोई बहुता खिच का केंद्र नहीं सी इस करके उत्तरी भारत के विच ही ज्यादातर टिके रहे तां ये खिच का केंद्र ना होने के करके फिर जिहड़े अगे राजे सी उह अगे नहीं वधे उहनूं राजनीतिक एकता दे तौर ते जिहड़ा सीगे पछड़िया रहा इलाका इस दे करके उत्तरी भारत अलग सभ्या मतलब कि सभ्याचार के पक्षों अलग रह गया दक्षणी भारत अलग रह गया तो इतों का जोड़ा खाण पीन से दक्षणी भारत का अलग हो गया उत्तरी भारत का अलग हो गया रहन सहन वक्र वक्रा हो गया कपड़े लिबास वगैरह वक्रा हो गया भाषावान जो वक्रिया वक्रिया हो गई रीति रिवाज वक्रे वक्रे हो गए इस तरह जो उत्तरी भारत अलग हो गया दक्षणी भारत तो क्यों है भूगोलिक विशेषता के करके ये करके भारत के इतिहास में भूगोलिक विशेषता ने प्रभावित किया। अगला जी आप देखिए पॉइंट भारत में राजनीतिक एकता की घाट। हुण भारत के हिमालय पर्वत हो गया उच्चे उच्चे
ਪਹਾੜ ਹੋ ਗਏ, ਇੱਕ ਤਾਂ ਦੇਸ਼ ਬਹੁਤ ਵੱਡਾ ਸੀ, ਵਿਸ਼ਾਲ ਦੇਸ਼ ਸੀ, ਇਹ 18 ਲੱਖ ਵਰਗ ਮੀਲ ਇਸਦਾ ਖੇਤਰ ਸੀ, ਤੇ ਜੇ ਆਪਾਂ ਦੇਖੀਏ ਦੱਖਣੀ ਭਾਰਤ ਦੇ ਵਿੱਚ, ਦੱਖਣੀ ਭਾਰਤ ਦੇ ਇੱਧਰ ਜੰਗਲ ਸੀਗੇ, ਇੱਧਰ ਸਾਰਾ ਜਾ ਇਕੱਲੇ ਉੱਤਰੀ ਭਾਰਤ ਜਿਹੜਾ ਹੈਗਾ ਸੀ ਉਹ ਪੱਧਰਾ ਸੀ, ਇਹਦੇ ਉੱਤਰ ਭਾਰਤ ਦੇ ਵਿੱਚ ਬਿਲਕੁਲ ਹਿਮਾਲਿਆ ਪਰਬਤ ਆ ਗਿਆ, ਸੈਂਟਰ ਦੇ ਵਿੱਚ ਥੋੜਾ ਥੱਲੇ ਦੱਖਣੀ ਪਠਾਰ ਸ਼ੁਰੂ ਹੋ ਜਾਂਦੇ ਨੇ, ਤਾਂ ਰਾਜਨੀਤਿਕ ਏਕਤਾ ਦੇ ਵਿੱਚ ਇਹਨਾਂ ਪਹਾੜਾਂ ਨੇ, ਨਦੀਆਂ ਨੇ, ਜੰਗਲਾਂ ਨੇ ਜਿਹੜਾ ਹੈਗਾ ਇੱਕ ਰੁਕਾਵਟ ਪੈਦਾ ਕੀਤੀ, ਰਾਜਨੀਤਿਕ ਏਕਤਾ ਨੂੰ ਜਿਹੜਾ ਹੈਗਾ ਮਤਲਬ ਕਿ ਉਹ ਰੱਖਣਾ ਮੁਸ਼ਕਿਲ ਹੋ ਗਿਆ, ਤੇ ਪੁਰਾਣੇ ਸਮਿਆਂ ਦੇ ਵਿੱਚ ਆਵਾਜਾਈ ਦੇ ਸਾਧਨਾਂ ਦੀ ਵੀ ਜਿਹੜੀ ਬਹੁਤ ਵੱਡੀ ਘਾਟ ਸੀ, ਜਿਹਦੇ ਕਰਕੇ ਜਿਹੜਾ ਸੀ ਰਾਜਨੀਤਿਕ ਏਕਤਾ ਨਹੀਂ ਬਣ ਸਕੀ, ਤੇ ਜਿਹੜੇ ਰਾਜਨੀਤਿਕ ਏਕਤਾ ਬਣਾਉਣ ਵਾਲੇ ਰਾਜੇ ਸੀ ਉਹ ਚੰਦਰਗੁਪਤ ਮੌਰੀਆ, ਸੁਮੰਦਰਗੁਪਤ, ਅਲਾਉਦੀਨ ਖਾਲਜੀ, ਅਕਬਰ, ਜਾਂ ਕਹਿ ਲਈਏ ਮੌਰੀਆ ਸਾਮਰਾਜ ਦੇ ਵਿੱਚੋਂ ਜੇ ਅਸ਼ੋਕਾ, ਰਾਜਾ ਅਸ਼ੋਕ, ਇਹ ਜਿਹੜੇ ਰਾਜੇ ਨੇ ਜਿਨ੍ਹਾਂ ਦੀ ਅਣਥੱਕ ਮਿਹਨਤ ਦੇ ਕਰਕੇ, ਮਿਹਨਤ ਸਦਕਾ ਇਹਨਾਂ ਨੇ ਬਹੁਤ ਵੱਡੇ ਭਾਰਤ ਦੇ ਉੱਤੇ ਕਬਜ਼ਾ ਕਰਕੇ ਇਹਨੂੰ ਰਾਜਨੀਤਿਕ ਏਕਤਾ ਦੇ ਵਿੱਚ ਪਰੋਣ ਦਾ ਜਿਹੜਾ ਯਤਨ ਕੀਤਾ ਸੀਗਾ। ਪਰ ਆਮ ਤੌਰ ਤੇ ਜਿਹੜੀ ਹੈਗੀ ਹੈ ਰਾਜਨੀਤਿਕ ਏਕਤਾ ਦੀ ਜਿਹੜੀ ਘਾਟ ਪਏਗੀ, ਕਿਉਂਕਿ ਰਾਜੇ ਹਮੇਸ਼ਾ ਤਾਂ ਰਹੇ ਹੀ, ਇਸ ਕਰਕੇ ਭਾਰਤ ਦੇ ਵਿੱਚ ਜਿਹੜਾ ਹੈਗਾ ਰਾਜਨੀਤਿਕ ਏਕਤਾ ਦੀ ਘਾਟ ਜਿਹੜੀ ਸੀ ਉਹ ਬਣੀ ਰਹੀ। ਅਗਲਾ ਜੇ ਦੇਖੀਏ ਪੁਆਇੰਟ, ਭਾਰਤ ਦਾ ਦੱਖਣੀ ਪੂਰਬੀ ਦੇਸ਼ਾਂ ਨਾਲ ਡੂੰਘਾ ਸੰਬੰਧ। ਹੁਣ ਭਾਰਤ ਦਾ ਜਿਹੜਾ ਦੱਖਣੀ ਹਿੱਸਾ ਹੈਗਾ, ਇਹ ਵਾਲਾ ਥੱਲੇ ਵਾਲਾ ਹਿੱਸਾ, ਭਾਰਤ ਦਾ ਦੱਖਣੀ ਹਿੱਸਾ ਹੈਗਾ ਜਿਹੜਾ, ਉਹਨਾਂ ਨੇ ਜਿੰਨੇ ਵੀ ਦੱਖਣ ਦੇ ਵਿੱਚ ਜਾਂ ਦੱਖਣ ਪੂਰਬ ਦੇ ਵਿੱਚ ਪਾਈਆਂ ਜਾਣ ਵਾਲੀਆਂ ਕੰਟਰੀਆਂ ਨੇ, ਜਿਵੇਂ ਕਿ ਆਪਾਂ ਲੰਕਾ, ਜਿਹਨੂੰ ਦੱਖਣ ਦੇ ਵਿੱਚ ਹੈ ਬਿਲਕੁਲ ਹੀ ਲੰਕਾ, ਬਰਮਾ ਇੱਥੇ ਆ ਗਿਆ, ਬਰਮਾ ਆ ਗਿਆ, ਜਾਵਾ, ਸੁਮਾਤਰਾ, ਕੰਬੋਡੀਆ, ਚੰਪਾਵਾਲੀ, ਬੋਰਨੀਓ, ਸਿਆਮ, ਇਹ ਸਾਰੇ ਦੇ ਸਾਰੇ ਇਹ ਟਾਪੂਆਂ ਚ ਆ ਜਾਂਦੇ ਨੇ ਇਹ ਵਾਲਾ ਏਰੀਆ। ਤਾਂ ਭੂਗੋਲਿਕ ਸਥਿਤੀ ਦੇ ਕਰਕੇ ਦੱਖਣੀ ਭਾਰਤ ਦਾ ਜਿਹੜਾ ਸੀਗਾ ਦੱਖਣੀ ਭਾਰਤ ਦਾ ਜਿਹੜਾ ਸੰਪਰਕ ਸੀ ਉਹ ਜ਼ਿਆਦਾਤਰ ਦੱਖਣ ਪੂਰਬ ਦੇ ਦੇਸ਼ਾਂ ਦੇ ਨਾਲ ਰਿਹਾ ਸੰਪਰਕ। ਤਾਂ ਇੱਥੇ ਇੱਧਰ ਇਲਾਕਿਆਂ ਦੇ ਵਿੱਚ ਜਾਂ ਇੱਧਰ ਸਮੇਂ ਸਮੇਂ ਤੇ ਜਿਹੜੇ ਹੈਗੇ ਪੁਰਾਤਨ ਕਾਲ ਦੇ ਵਿੱਚ ਜਾਂ ਸਮੇਂ ਸਮੇਂ ਤੇ ਜਿਹੜੇ ਬਹਾਦਰ ਯੋਧੇ ਸੀ ਜਾਂ ਉਤਸ਼ਾਹੀ ਪ੍ਰਚਾਰਕ ਸੀ ਜਾਂ ਮਿਹਨਤੀ ਵਪਾਰੀ ਸੀ ਉਹ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਕੰਮ ਕਰਦੇ ਰਹੇ। ਧਰਮ ਪ੍ਰਚਾਰਕ ਜਿਹੜੇ ਸੀ ਉਹ ਧਰਮ ਦਾ ਪ੍ਰਚਾਰ ਕਰਦੇ, ਜਿਹੜੇ ਵਪਾਰੀ ਸੀ ਉਹ ਬੱਚੇ ਵਪਾਰ ਕਰਦੇ ਰਹੇ ਇਹਨਾਂ ਦੇਸ਼ਾਂ ਦੇ ਵਿੱਚ, ਤੇ ਜਿਹੜੇ ਯੋਧੇ ਸੀਗੇ ਉਹਨਾਂ ਨੇ ਇੱਥੇ ਮਤਲਬ ਪਹਿਲੀ ਆਪਣੀ ਸਾਮਰਾਜ ਵਧਾਉਣ ਦੇ ਲਈ ਕੋਈ ਨਾ ਕੋਈ ਆਪਣੇ ਯਤਨ ਕਰਦੇ ਰਹੇ। ਤੇ ਜੇ ਆਪਾਂ ਦੇਖੀਏ ਤਾਂ ਬਹੁਤੇ ਜਿਹੜੇ ਹੈਗੇ ਨੇਗੇ ਇਲਾਕਿਆਂ ਦੇ ਵਿੱਚ ਭਾਰਤੀਆਂ ਨੇ ਜਿਹੜੇ ਉਪਨਿਵੇਸ਼ ਵੀ ਸਥਾਪਿਤ ਕਰ ਲਏ ਸੀ। ਜੇ ਅੱਜ ਵੀ ਆਪਾਂ ਦੇਖੀਏ ਭਾਰਤ ਦੀ ਸੰਸਕ੍ਰਿਤੀ ਇਹਨਾਂ ਦੇਸ਼ਾਂ ਦੇ ਵਿੱਚ ਸੰਸਕ੍ਰਿਤੀ ਦੇ ਨਾਲ ਬੜਾ ਜਿਹੜਾ ਹੈਗਾ ਮੇਲ ਖਾਂਦੀ ਆ। ਉਸ ਤੋਂ ਅੱਗੇ ਹੈ ਸੁਤੰਤਰ ਰਾਜਪੂਤ ਰਾਜਾਂ ਦੀ ਹੋਂਦ ਬਣੀ ਰਹੀ, ਠੀਕ ਆ, ਸੁਤੰਤਰ ਰਾਜਪੂਤ ਰਾਜਾਂ ਦੀ ਜਿਹੜੀ ਹੋਂਦ ਆ ਉਹ ਕਿੱਥੇ ਬਣੀ ਰਹੀ, ਇਹ ਵਾਲੇ ਰਾਜਪੂਤ ਰਾਜ ਇਹ ਵਾਲੇ ਇਲਾਕਾ ਜਿਹੜਾ ਰਾਜਸਥਾਨ ਵਾਲਾ, ਰਾਜਪੂਤਾਨਾ ਜਾਂ ਅਜੋਕਾ ਜੇ ਆਪਾਂ ਕਹੀਏ ਰਾਜਸਥਾਨ, ਉਸ ਟਾਈਮ ਪਹਿਲਾਂ ਇਹਨੂੰ ਰਾਜਪੂਤਾਨਾ ਕਹਿੰਦੀ ਸੀ, ਬਹੁਤ ਵੱਡਾ ਇਲਾਕਾ ਸੀ ਰੇਗਿਸਤਾਨ ਦਾ। ਹੁਣ ਇੱਥੇ ਜਿਹੜੇ ਇੱਥੇ ਦੇ ਰਾਜੇ ਸੀ ਰਾਜਸਥਾਨ ਦੇ ਵਿੱਚ ਉਹ ਆਪਣੇ ਲੰਬੇ ਸਮੇਂ ਤੱਕ ਜਿਹੜੀ ਆਪਣੇ ਸੁਤੰਤਰ ਰਾਜ ਜਿਹੜੇ ਸਥਾਪਿਤ ਕਰਨ ਦੇ ਵਿੱਚ ਸਫਲ ਕਿਉਂ ਹੋਏ, ਕਿਉਂਕਿ ਇੱਕ ਤਾਂ ਰੇਗਿਸਤਾਨ ਇਲਾਕਾ ਸੀ, ਇੱਕ ਪਥਰੀਲੀ ਧਰਤੀ ਸੀ, ਪਹਾੜੀ ਏਰੀਆ ਸੀ, ਅਤੇ ਉੱਚੇ ਉੱਚੇ ਪਹਾੜਾਂ ਦੇ ਉੱਤੇ ਉਹਨਾਂ ਦੇ ਕਿਲੇ ਬਣੇ ਹੋਏ ਸੀ, ਉਹ ਕਿਲਿਆਂ ਦੇ ਵਿੱਚ ਰਹਿੰਦੇ ਸੀ, ਉਹਨਾਂ ਕਿਲਿਆਂ ਨੂੰ ਜਿੱਤਣਾ ਬਹੁਤ ਔਖਾ ਸੀ, ਜਿਹੜੇ ਕਿਲੇ ਸੀ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਦੂਸਰੇ ਬਾਹਰਲੇ ਹਮਲਾਵਰਾਂ ਦਾ, ਦੇਸ਼ੀ ਹਮਲਾਵਰਾਂ ਦੇ ਲਈ ਇਹਨਾਂ ਇਲਾਕਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਕੋਈ ਸੌਖੀ ਨਹੀਂ ਸੀ। ਇਸ ਕਰਕੇ ਜਿਹੜੇ ਸੁਤੰਤਰ ਰਾਜਪੂਤ ਰਾਜ ਸੀਗੇ ਉਹ ਇਸੇ ਤਰ੍ਹਾਂ ਜਿਹੜੇ ਬਣੇ ਰਹੇ। ਫਿਰ ਉਸ ਤੋਂ ਬਾਅਦ ਭਾਰਤੀਆਂ ਦੀ ਵਿਦੇਸ਼ੀ ਹਮਲਾਵਰਾਂ ਤੋਂ ਹਾਰ। ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਦੀ ਜਿਹੜੀ ਧਨ ਦੌਲਤ ਆ, ਭਾਰਤ ਦੀ ਜਿਹੜੀ ਖੁਸ਼ਹਾਲੀ ਆ, ਉਹ ਭਾਰਤ ਦੇ ਲੋਕਾਂ ਨੂੰ ਉਹਨਾਂ ਨੇ ਨਿਕੰਮੇ ਬਣਾ ਦਿੱਤਾ ਸੀ, ਆਰਾਮ ਪ੍ਰਸਤ ਬਣਾ ਦਿੱਤਾ ਸੀ। ਉਹ ਬਾਹਰਲੇ ਹਮਲਾਵਰਾਂ ਤੋਂ ਬਚਣ ਦੇ ਲਈ ਕੋਈ ਆਪਣੀ ਬਹੁਤੀ ਜਿਹੜੀ ਬਹਾਦਰੀ ਨਾ ਉਹ ਦਿਖਾ ਸਕੇ, ਇਹ ਕਿਹਾ ਜਾਂਦਾ।
ਇਹ ਗੱਲ ਕੋਈ ਬਹੁਤੀ ਸੱਚ ਨਹੀਂ ਲੱਗਦੀ। ਤੇ ਭਾਰਤੀ ਜਿਹੜੇ ਰਾਜੇ ਸੀ ਉਹਨਾਂ ਦੀ ਮੇਨ ਕਾਰਨ ਕੀ ਸੀਗਾ ਕਿ ਉਹ ਰਾਜਨੀਤਿਕ ਏਕਤਾ ਦੀ ਘਾਟ ਹੋਣ ਦੇ ਕਰਕੇ ਭਾਰਤੀ ਰਾਜ ਜਿਹੜੇ ਬਹੁਤ ਹੀ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡੇ ਹੋਏ ਸੀ, ਉਹ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸੀ, ਆਪਸ ਦੇ ਵਿੱਚ ਉਹ ਲੜਾਈਆਂ ਕਰਦੇ ਰਹਿੰਦੇ ਸੀ, ਯੁੱਧ ਕਰਦੇ ਰਹਿੰਦੇ ਸੀ। ਤੇ ਜਦੋਂ ਕੋਈ ਬਾਹਰਲਾ ਦੁਸ਼ਮਣ ਆਇਆ ਉਹਨਾਂ ਨੇ ਇਕੱਠੇ ਹੋ ਕੇ ਕਦੇ ਵੀ ਉਸਦਾ ਸਾਹਮਣਾ ਨਹੀਂ ਕੀਤਾ। ਇਹ ਤਾਂ ਮੇਨ ਕਾਰਨ ਆਪਾਂ ਇਹ ਮੰਨ ਸਕਦੇ ਹਾਂ। ਪਰ ਭੂਗੋਲਿਕ ਸਥਿਤੀ ਦੇ ਕਰਕੇ ਜਿਹੜਾ ਜਦੋਂ ਵੀ ਭਾਰਤ ਲੋਕ ਜ਼ਿਆਦਾ ਅਮੀਰ ਸੀ, ਜੇ ਜ਼ਿਆਦਾ ਸੁਸਤ ਪੈ ਗਏ, ਆਰਾਮ ਪ੍ਰਸਤ ਹੋ ਗਏ, ਇਹ ਕਹਿਣਾ ਜਿਹੜਾ ਜ਼ਿਆਦਾ ਕੋਈ ਵਧੀਆ ਨਹੀਂ ਹੈ। ਉਸ ਤੋਂ ਅੱਗੇ ਹੈ ਪਹਾੜਾਂ ਅਤੇ ਜੰਗਲਾਂ ਦਾ ਪ੍ਰਭਾਵ। ਪਹਾੜਾਂ ਅਤੇ ਜੰਗਲਾਂ ਦਾ ਪ੍ਰਭਾਵ, ਹੁਣ ਭਾਰਤ ਦੇ ਇਤਿਹਾਸ ਦੇ ਉੱਤੇ ਪਹਾੜਾਂ ਨੇ ਜੰਗਲਾਂ ਨੇ ਆਪਣਾ ਪ੍ਰਭਾਵ ਜਿਹੜਾ ਬਹੁਤ ਜ਼ਿਆਦਾ ਪਾਇਆ ਗਾ। ਜੇ ਮੁਗਲ ਸਮਰਾਟ ਔਰੰਗਜ਼ੇਬ ਦੇ ਸਮੇਂ ਦੀ ਗੱਲ ਕਰੀਏ, ਉਹਨਾਂ ਨੇ ਬਹੁਤ ਸਾਰੀਆਂ ਮੁਹਿੰਮਾਂ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਭੇਜੀਆਂ। ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਜਾ ਕੇ ਜਿਹੜੀਆਂ ਮੁਗਲਾਂ ਦੀਆਂ ਭੇਜੀਆਂ ਹੋਈਆਂ ਮੁਹਿੰਮਾਂ ਸੀ ਉਹਨਾਂ ਨੂੰ ਸਫਲ ਬਣਾਉਂਦੇ ਆ, ਉਹਨਾਂ ਦੇ ਹੱਥ ਨਹੀਂ ਲੱਗਦੇ ਹੈਗੇ। ਫਿਰ 1716 ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਦੀ ਮੌਤ ਹੋ ਜਾਂਦੀ ਆ, ਉਸ ਤੋਂ ਬਾਅਦ ਇੱਕ ਦੌਰ ਸਿੱਖਾਂ ਦੇ ਉੱਤੇ ਦੌਰ ਸ਼ੁਰੂ ਹੁੰਦਾ, ਅਤਿਆਚਾਰਾਂ ਦਾ ਦੌਰ। ਤਾਂ ਉਸ ਸਮੇਂ ਦੇ ਦੌਰਾਨ ਜਿਹੜੇ ਸਿੱਖ ਸੀਗੇ ਉਹਨਾਂ ਨੇ ਪਹਾੜਾਂ ਤੇ ਜੰਗਲਾਂ ਦੇ ਵਿੱਚ ਜਾ ਕੇ ਸਹਾਰਾ ਲਿਆ, ਆਪਣੀ ਜਾਨ ਬਚਾਈ। ਉਹ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਮੁਗਲਾਂ ਦੇ ਖਿਲਾਫ ਜਿੰਨੇ ਵੀ ਲਾਹੌਰ ਦਰਬਾਰ ਦੇ ਵਿੱਚ ਜਿਹੜੇ ਵੀ ਜਰਨੈਲ ਰਹੇ ਨੇ ਉਹਨਾਂ ਦੇ ਖਿਲਾਫ, ਉਹਨਾਂ ਦੀ ਮੁਹਿੰਮਾਂ ਦੇ ਖਿਲਾਫ ਜਿਹੜਾ ਗੁਰੀਲਾ ਯੁੱਧ ਪ੍ਰਣਾਲੀ ਦੇ ਰਾਹੀਂ ਯੁੱਧ ਕਰਦੇ ਰਹੇ। ਫਿਰ ਅਹਿਮਦ ਸ਼ਾਹ ਅਬਦਾਲੀ ਭਾਰਤ ਦੇ ਉੱਤੇ 8 ਹਮਲੇ ਕਰਦਾ ਰਿਹਾ। ਤਾਂ ਉਹਨਾਂ ਹਮਲਿਆਂ ਦੇ ਦੌਰਾਨ ਵੀ ਸਿੱਖਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਉਸਦਾ ਜਿਹੜਾ ਸਾਹਮਣਾ ਕੀਤਾ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੱਖ ਵੱਖ ਭਾਗਾਂ ਦੇ ਵਿੱਚ ਜਿਹੜਾ ਹੈਗਾ, ਇਸ ਤਰ੍ਹਾਂ ਸਿੱਖਾਂ ਨੇ ਜਿਹੜਾ ਸੀਗਾ ਜੰਗਲਾਂ ਤੇ ਪਹਾੜਾਂ ਦੀ ਸ਼ਰਨ ਲੈ ਕੇ ਜਿਹੜਾ ਸੀਗਾ ਇਤਿਹਾਸ ਦੇ ਵਿੱਚ ਆਪਣਾ ਯੋਗਦਾਨ ਪਾਇਆ। ਦੂਜੇ ਪਾਸੇ ਜੇ ਦੇਖੀਏ ਦੱਖਣ ਦੇ ਵਿੱਚ ਕੌਣ, ਮਹਾਰਾਸ਼ਟਰ, ਮਰਾਠਾ ਕੌਮ ਦੇ ਜਿਹੜੇ ਸੰਸਥਾਪਕ ਨੇ ਉਹ ਨੇ ਸ਼ਿਵਾਜੀ ਮਰਾਠਾ। ਹੁਣ ਸ਼ਿਵਾਜੀ ਮਰਾਠਾ ਜਿਹੜਾ ਹੈ ਉਹ ਵੀ ਪਹਾੜਾਂ ਤੇ ਪ੍ਰਕਿਰਤਕ ਕਿਲਿਆਂ ਦੇ ਕਰਕੇ ਜਿਹੜੇ ਕਿਲੇ ਸੀ ਉਹ ਪਹਾੜਾਂ ਦੇ ਉੱਤੇ ਬਣੇ ਹੋਏ ਸੀ, ਉਹਨਾਂ ਦੇ ਕਰਕੇ ਮੁਗਲਾਂ ਦੇ ਖਿਲਾਫ ਸਫਲਤਾਪੂਰਵਕ ਜਿਹੜਾ ਸੀਗਾ ਲੜਿਆ ਤੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦੇ ਵਿੱਚ ਜਿਹੜਾ ਕਾਮਯਾਬ ਹੋਇਆ ਸ਼ਿਵਾਜੀ। ਤੇ ਹੋਰ ਭਾਰਤ ਦੇ ਇਤਿਹਾਸ ਵਿੱਚ ਹੋਰ ਜਿਹੜੀਆਂ ਨੇ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਪਹਾੜਾਂ ਤੇ ਜੰਗਲਾਂ ਨੇ ਰਾਜਿਆਂ ਜਾਂ ਵਿਦਰੋਹੀਆਂ ਦੀ ਸਫਲਤਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਸੀ। ਇਹ ਆਪਣਾ ਜਿਹੜਾ ਇਸ ਲੈਕਚਰ ਦੇ ਵਿੱਚ ਆਪਾਂ ਰਾਜਨੀਤਿਕ ਕਾਰਨਾਂ ਤੱਕ ਹੀ ਜਿਹੜਾ ਕਰਾਂਗੇ। ਫਿਰ ਅੱਗੇ ਆਪਾਂ ਅਗਲੇ ਲੈਕਚਰ ਦੇ ਵਿੱਚ ਸਮਾਜਿਕ ਹੋ ਗਿਆ, ਧਾਰਮਿਕ, ਆਰਥਿਕ, ਜਿਹੜੇ ਸੰਸਕ੍ਰਿਤਿਕ, ਇਹ ਅਗਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ।